ਕਾਂਗਰਸ ਕਮੇਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨਾਂ ਨੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇ, ਕਿਉਂਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਕਾਰਨ ਕਿਸਾਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਹੈ। ਸੁਲਤਾਨਪੁਰ ਲੋਧੀ ਦੇ SDM ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਅਜੇ ਵੀ 40% ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਸਕਿਆ। ਜੇਕਰ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਤਾਂ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਰਫ ਮਾਲਕੀ ਜ਼ਮੀਨਾਂ ਦੇ ਮੁਆਵਜ਼ੇ ਜਾਰੀ ਕਰਨ ਦੇ ਹੁਕਮ ਪ੍ਰਾਪਤ ਹੋਏ ਨੇ। ਸਰਕਾਰੀ ਜ਼ਮੀਨਾਂ ਚਾਹੇ ਉਹ ਸੈਂਟਰ ਦੀਆਂ ਹੋਣ ਚਾਹੇ ਸੂਬਾ ਸਰਕਾਰ ਦੀਆਂ, ਉਹਨਾਂ ਪੀੜਤਾਂ ਲਈ ਮੁਆਵਜ਼ਾ ਜਾਰੀ ਨਹੀਂ ਹੋਇਆ। ਇਸ ਬਾਬਤ ਉਹਨਾਂ ਵੱਲੋਂ ਸਰਕਾਰ ਨੂੰ ਪਹਿਲਾਂ ਹੀ ਲਿਖ ਕੇ ਭੇਜਿਆ ਜਾ ਚੁੱਕਿਆ ਹੈ। ਜੇਕਰ ਸਰਕਾਰ ਪ੍ਰਵਾਨਗੀ ਦੇਵੇਗੀ ਤਾਂ ਉਹਨਾਂ ਪੀੜਤ ਕਿਸਾਨਾਂ ਨੂੰ ਵੀ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ। ਅੱਜ ਦਾ ਧਰਨਾ ਸਾਡਾ ਮੁੱਖ ਖਰਾਬੇ ਤੇ, ਜੋ ਸਰਕਾਰ ਤੇ ਸਾਡਾ ਪ੍ਰਸ਼ਾਸਨ ਸੁਲਤਾਨਪੁਰ ਲੋਧੀ ਦਾ ਕਹਿ ਰਿਹਾ ਕਿ ਅਸੀਂ ਖਰਾਬੇ ਪਾ ਰਹੇ ਹਾਂ, ਪਰ ਅਸੀਂ ਇਹ ਗੱਲ ਕਹਿੰਦੇ ਵੀ ਪੰਜਾਬ ਸਰਕਾਰ ਤੇ ਇਹ ਗੱਲ ਆਉਂਦੀ 20,000 ਰੁਪਈਆ ਦੇਣਾ ਤੇ ਪਾ ਕੀ ਰਹੇ ਆ, 6,000 ਰੁਪਈਆ ਜਾਂ 6,800 ਰੁਪਈਆ ਕੀ? ਇਹ ਜਿਹੜੇ ਪ੍ਰਸ਼ਾਸਨ ਆ, ਇਹਨਾਂ ਨੇ ਖੇਤੀ ਕੀਤੀ ਕਦੀ? ਇਹਨਾਂ ਨੂੰ ਪਤਾ ਕਿ ਬਾਈ ਕੀ ਹੁੰਦੀ ਆ ਕਿ ਕੀ? ਜੇ ਆਪਾਂ 6,800 ਰੁਪਈਏ ਦੇ ਹਿਸਾਬ ਨਾਲ ਵੇਖੀਏ, ਇਹ ਕਿਸਾਨ ਦਾ ਹੱਕ ਪੂਰਾ ਹੁੰਦਾ। ਇੱਕ ਪਾਸੇ 12,000 ਦੇ ਨਾਲ ਪਹਿਲੀਆਂ ਸਰਕਾਰਾਂ ਦਿੰਦੀਆਂ ਰਹੀਆਂ ਤੇ ਸਰਕਾਰਾਂ ਤੇ ਗਾਂਹ ਜਾਂਦੀਆਂ। ਜਿਹੜਾ ਤਨਖਾਹਾਂ ਵਾਲੇ ਲੋਕ ਹਰ ਸਾਲ ਮੰਗਦੇ ਵੀ ਸਾਡੀ ਅਗਲੇ ਸਾਲ ਤਨਖਾਹ 20,000 ਤੋਂ 30 ਹੋਵੇ, ਤੇ ਸਾਡਾ 12,000 ਤੋਂ ਇਹਨਾਂ ਨੇ 6 ਕਰਤਾ। ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਘੱਟੋ ਘੱਟ 20,000 ਰੁਪਈਆ ਖਰਾਬਾ ਲੋਕਾਂ ਨੂੰ ਮਿਲੇ। ਜਿਹੜਾ ਖਰਾਬਾ ਇਹ ਆਉਂਦੇ ਹੈਗੇ ਅਸੀਂ ਪਾਇਆ, ਉਹ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਆ ਗਏ। ਇਹਨਾਂ ਨੇ ਖਰਾਬਾ 4-5 ਦਿਨਾਂ ਦੇ ਵਿੱਚ ਪਾਇਆ। ਜੇ ਬੈਂਕ ਦੇ ਵਿੱਚ ਜਾਓ, ਉੱਥੇ ਧੜਾ ਧੜ ਮੁਲਾਜ਼ਮ ਆਪਦਾ ਕੰਮ ਕਰ ਰਹੇ ਆ। ਜੇ ਤੁਸੀਂ ਤਹਿਸੀਲ ਜਾਓ ਤੇ ਲਗਾਤਾਰ SDM ਤਹਿਸੀਲਦਾਰ ਸਭਾ ਦੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ। ਕਿਉਂ ਚੱਲ ਰਹੀਆਂ? ਕਿ ਅਸੀਂ 25 ਤਰੀਕ ਦਾ ਐਲਾਨ ਕੀਤਾ ਸੀ ਤੇ 25 ਤਰੀਕ ਨੂੰ ਧਰਨਾ ਲਾਵਾਂਗੇ। ਪੈਸੇ ਵਾਪਸ ਜਾ ਰਹੇ ਸੀ, ਮੋੜ ਕੇ ਹੁਣ ਕਿਸਾਨਾਂ ਦੇ ਖਾਤੇ ਦੇ ਵਿੱਚ ਕੁਝ ਪੈਸੇ ਪਾ ਰਹੇ ਆ। ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਬਾਕੀ ਵੀ ਜਿਹੜੇ ਕਿਸਾਨ ਰਹਿ ਗਏ ਆ, ਉਹਨਾਂ ਦੇ ਵੀ ਖਾਤਿਆਂ ਦੇ ਵਿੱਚ ਘੱਟੋ ਘੱਟ 20,000 ਦੇ ਹਿਸਾਬ ਨਾਲ ਪਾਓ ਚਾਹੀਦਾ। ਤੇ ਅਸੀਂ ਇਹ ਗੱਲ ਸੋਚਦੇ ਕਿ 50,000 ਰੁਪਈਆ ਵੀ ਸਰਕਾਰ ਸਾਨੂੰ ਦਿੰਦੀ ਆ ਤੇ ਸਾਡਾ ਕੋਈ ਹੱਲ ਨਹੀਂ ਹੁੰਦਾ, ਪਰ ਤੁਸੀਂ ਆਹ 6,800 ਕੇ ਹਿਸਾਬ 'ਚ ਦੇ ਰਹੇ ਸਾਨੂੰ। ਇਸ ਗੱਲ ਦਾ ਸਾਡੇ ਕੋਈ ਸਮਝ ਸੋਚ ਨਹੀਂ ਆਉਂਦੀ ਕਿ 6,800 ਰੁਪਈਆ ਜਿਹੜਾ ਕਿਸ ਹਿਸਾਬ ਨਾਲ ਦੇ ਰਹੇ ਆ। 3-3 ਵਾਰ ਅਸੀਂ ਖਾਤੇ ਦਿੱਤੇ ਆ, ਇੰਤਕਾਲ ਜਿਹੜੇ ਉਹ ਸਾਡੇ ਪਹਿਲਾਂ ਹੋਏ ਆ ਤੇ ਹੁਣ ਪਟਵਾਰੀ ਜਾਂਦੇ ਆ ਕਿ ਇਹਨਾਂ ਕੋਈ ਇੰਤਕਾਲਾਂ ਦਾ ਮੂੰਹ ਸਿਰ ਨਹੀਂ ਲੱਭਣ ਰਿਹਾ। ਅਸੀਂ ਇਹ ਗੱਲ ਆਉਂਦੇ ਹਾਂ ਕਿ ਇਹ ਕੰਮ ਪ੍ਰਸ਼ਾਸਨ ਦਾ, ਅਸੀਂ ਇੰਤਕਾਲ ਨਾ ਸਾਨੂੰ ਪਤਾ ਕਿ ਕਿਵੇਂ ਕਰਦੇ ਕੀ ਕਰਦੇ ਆ। ਕੋਈ ਇੱਕ ਦੇ ਆਂਦਾ ਵੀ ਇੰਤਕਾਲ ਤੁਹਾਡਾ ਹੋ ਗਿਆ, ਦੂਜਾ ਆਂਦਾ ਇੰਤਕਾਲ ਤੁਹਾਡਾ ਉੱਡ ਗਿਆ। ਇਹ ਅਸੀਂ ਵੇਖਦੇ ਹਾਂ ਵੀ ਉਹ ਸੱਚਾ ਕਿ ਉਹ ਸੱਚਾ, ਦੋਵਾਂ ਦੇ ਵਿੱਚੋਂ ਇੱਕ ਦੇ ਝੂਠਾ ਹੈਗਾ ਨਾ। ਜਿਹੜਾ ਕਿਸਾਨ ਆ ਭੋਲੇ ਭਾਲੇ ਲੋਕ ਪਿੰਡਾਂ ਦੇ, ਉਹ ਆ ਕੇ ਪਟਵਾਰੀਆਂ ਦੀਆਂ ਲੀਲੜੀਆਂ ਕੱਢਦੇ ਫਿਰਦੇ, ਪਟਵਾਰੀ ਜਿਹੜੇ ਆਪਦੀ ਤਾਨਾਸ਼ਾਹੀ ਵਿਖਾ ਰਹੇ ਆ, ਹਈਕੜ ਵਿਖਾ ਰਹੇ ਆ। ਜਿਹੜਾ ਭਗਵੰਤ ਮਾਨ ਇਹ ਗੱਲ ਆਉਂਦਾ ਹੁੰਦਾ ਸੀ ਕਿ ਇਹ ਕੈਪਟਨ ਜਿਹੜਾ ਇਹ ਬੜਾ ਹਿੰਕੜਬਾਜ ਆ, ਬਾਦਲ ਬੜਾ ਹਿੰਕੜਬਾਜ ਆ, ਪਰ ਅਸੀਂ ਭਗਵੰਤ ਮਾਨ ਦੀ ਸਰਕਾਰ ਦੇ ਜੋ ਮੁਲਾਜ਼ਮ ਇੱਥੇ ਆ, ਅਸੀਂ ਵੇਖਦੇ ਵੀ ਇਹ ਸਭ ਤੋਂ ਜ਼ਿਆਦਾ ਹਿੰਕੜਬਾਜ ਆ, ਕਿਸੇ ਦੀ ਗੱਲ ਨਹੀਂ ਸੁਣਨ ਨੂੰ ਤਿਆਰ। ਗਰੀਬ ਲੋਕ ਦਫ਼ਤਰਾਂ ਕਚਹਿਰੀਆਂ ਦੇ ਵਿੱਚ ਰੁਲਦੇ ਫਿਰਦੇ ਆ, ਇਹਨਾਂ ਦੀ ਸੁਣਾਈ ਹੋਣੀ ਬਹੁਤ ਜ਼ਰੂਰੀ ਆ ਜੀ। ਕਿੰਨੇ ਫੀਸਦੀ ਜਿਹੜਾ ਮੁਆਵਜ਼ਾ ਕਿਸਾਨਾਂ ਨੂੰ ਮਿਲ ਚੁੱਕਿਆ ਹੈ ਹੜ੍ਹਾਂ ਦਾ, ਤੇ ਕਿੰਨੇ ਫੀਸਦੀ ਅਜੇ ਮਿਲਿਆ? ਵੇਖੋ, ਜਦੋਂ ਅਸੀਂ 25 ਤਰੀਕ ਦਾ ਐਲਾਨ ਕੀਤਾ ਸੀ, ਉਦੋਂ ਸਿਰਫ ਤੇ ਸਿਰਫ 10-15% ਖਰਾਬਾ ਪਿਆ ਸੀ। ਲਿਸਟਾਂ ਵਿਖਾਈਆਂ SDM ਸਾਹਿਬ ਨੂੰ, ਉਦੋਂ ਪਿੱਛੋਂ
ਜਦੋਂ ਅਸੀਂ 25 ਤਰੀਕ ਦਾ ਐਲਾਨ ਕੀਤਾ ਫਿਰ ਧੜਾ ਧੜ ਸਾਰਿਆਂ ਦਫ਼ਤਰਾਂ ਦੇ ਵਿੱਚ ਲਗਾਤਾਰ ਮੀਟਿੰਗਾਂ ਕਰਕੇ ਤੇ 50-60% ਦੇ ਕਰੀਬ ਖਰਾਬਾ ਜਿਹੜਾ ਉਹ ਲਿਸਟਾਂ 'ਚ ਲੈ ਗਏ। ਪਰ ਖਰਾਬਾ ਜਿਹੜਾ ਉਹ 50-60 ਦੇ ਹਿਸਾਬ ਨਾਲ ਅਸੀਂ ਕਹਿੰਦੇ ਵੀ ਘੱਟੋ ਘੱਟ 20,000 ਰੁਪਈਆ ਤਾਂ ਸਾਨੂੰ ਦਿਓ, ਕਿਉਂਕਿ ਕਿਸਾਨ ਦੇ ਨਾ ਉਹਨਾਂ ਕੋਲ ਜ਼ਮੀਨਾਂ 'ਚ ਕਣਕ ਬੀਜੀ ਗਈ ਅਤੇ ਨਾ ਗਾਹ ਝੋਨੇ ਦੀ ਆਸ ਆ, ਅਤੇ ਉਹਨਾਂ ਲੋਕਾਂ ਨੇ ਖਾਣਾ ਕੀ ਆ। ਇਹ ਖੁਦਕਿਸ਼ੀਆਂ ਵਾਲੇ ਪਾਸੇ ਪੰਜਾਬ ਦੀ ਸਰਕਾਰ ਆ ਅਤੇ ਸੁਲਤਾਨਪੁਰ ਦਾ ਪ੍ਰਸ਼ਾਸਨ ਲੋਕਾਂ ਨੂੰ ਧੱਕ ਰਿਹਾ ਇਹਨਾਂ ਗੱਲਾਂ ਤੋਂ ਬਾਜ਼ ਆਉਣ। ਅਸੀਂ ਸੁਲਤਾਨਪੁਰ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਧਰਨਾ ਚਲਾਉਣਾ ਜਿੰਨਾ ਮਰਜ਼ੀ ਲੰਮਾ ਚਲਾ ਲਓ, ਜੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਦਿਓਗੇ ਤਾਂ ਧਰਨਾ ਪੋਸਟਪੋਨ ਹੋ ਜੂ, ਜੇ ਤੁਸੀਂ ਮੁਸ਼ਕਲਾਂ ਹੱਲ ਨਹੀਂ ਕਰਦੇ ਤਾਂ ਇਹ ਸਾਰਾ ਕੁਛ ਸਾਡੇ ਸੁਲਤਾਨਪੁਰ ਦੇ ਕਪੂਰਥਲੇ ਦੇ ਪ੍ਰਸ਼ਾਸਨ ਦੇ ਮੋਢਿਆਂ ਦੇ ਇਹ ਚੱਲਣਾ। ਇਹ ਵੇਖ ਲੈਣ ਕਿ ਕਿੰਨਾ ਲੰਮਾ ਧਰਨਾ ਚਲਾਉਣਾ ਕਿ ਕਿੰਨਾ ਘੱਟ ਚਲਾਉਣਾ, ਇਹ ਇਹਨਾਂ ਦੀ ਜ਼ਿੰਮੇਵਾਰੀ ਆ। ਅਸੀਂ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਦੇ ਹੱਕਾਂ ਲਈ ਹਮੇਸ਼ਾ ਲੜਦੇ ਹਾਂ ਅਤੇ ਲੜਦੇ ਰਹਾਂਗੇ। ਅੱਜ ਅੱਕ ਕੇ ਅਸੀਂ ਤਾਂ ਥੱਕ ਕੇ ਕਹਿ ਲਓ ਵੀ ਧਰਨਾ ਲਾਉਣਾ ਪਿਆ ਸਾਨੂੰ, ਜੋ ਸਾਡੀਆਂ ਹੜ੍ਹਾਂ ਦੇ ਨਾਲ ਫਸਲਾਂ ਬਰਬਾਦ ਹੋਈਆਂ ਵਾ, ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਧਰਨਾ ਲਾਇਆ ਵੀ ਅੱਜ ਤੱਕ ਸਾਨੂੰ ਉਹਦਾ ਮੁਆਵਜ਼ਾ ਨਹੀਂ ਮਿਲਿਆ। ਜਿਹੜਾ ਮੁੱਖ ਮੰਤਰੀ ਇਹ ਕਹਿ ਰਿਹਾ ਸੀਗਾ ਵੀ ਮੈਂ ਮੁਰਗੀ ਤੱਕ, ਕੁਕੜੀ ਤੱਕ, ਬੱਕਰੀ ਤੱਕ ਖਰਾਬਾ ਦੇਵਾਂਗੇ, ਉਹਨੇ ਅਜੇ ਤੱਕ ਸਾਨੂੰ ਉਹ ਤਾਂ ਛੱਡੋ ਸਾਡੀਆਂ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ। ਦੂਸਰੇ ਬੰਨੇ 20,000 ਕਹਿ ਕੇ ਫਿਰ 15,000 'ਤੇ ਆ ਗਏ, 15,000 ਤੋਂ ਹੁਣ 1,800 ਤੋਂ ਕਹਿ ਕੇ ਤਾਂ 6,000 'ਤੇ ਆ ਗਏ। ਉਹਦੇ ਬਾਅਦ ਇਹ ਕਿੱਥੇ ਆ ਗਏ ਵੀ ਮਾਲਕੀਆਂ ਜ਼ਮੀਨਾਂ ਵਾਲਿਆਂ ਨੂੰ ਦੇਵਾਂਗੇ, ਖਰਾਬਾ ਦੂਜਿਆਂ ਨੂੰ ਨਹੀਂ ਦੇਣਾ। ਜਦਕਿ ਅੱਜ ਤੋਂ ਪਹਿਲਾਂ ਜਿਹੜੀ ਵੀ ਸਰਕਾਰ ਰਹੀ ਆ ਉਹ ਕਾਸ਼ਤਕਾਰ ਨੂੰ ਜਿਹੜਾ ਖਰਾਬਾ ਮਿਲਦਾ ਰਿਹਾ, ਜੇ ਉਹ ਪੰਜਾਬ ਸਰਕਾਰ ਦੀ ਜ਼ਮੀਨ ਸੀ ਚਾਹੇ ਸੈਂਟਰ ਦੀ ਸੀਗੀ, ਇੱਕ ਤਾਂ ਸਰਕਾਰ ਇਹ ਤੋਂ ਭੱਜ ਚੁੱਕੀ ਆ। ਦੂਸਰੇ ਬੰਨੇ ਜਿਹੜੀਆਂ ਸਰਕਾਰਾਂ ਉਹ ਗਾਂਹ ਨੂੰ ਜਾਂਦੀਆਂ ਹੁੰਦੀਆਂ ਵਾ, 12,000 ਤੱਕ ਸਾਨੂੰ ਜਿਹੜਾ ਮੁਆਵਜ਼ਾ ਮਿਲਿਆ ਵਾ, ਪਰ ਇਹ ਜਿਹੜੀ ਸਰਕਾਰ ਆ ਥਾਂ ਨੂੰ ਆ ਰਹੀ ਆ। ਅੱਜ ਇਸ ਦੇ ਸੰਬੰਧ ਵਿੱਚ ਅਸੀਂ SDM ਸਾਹਿਬ ਦੇ ਦਫ਼ਤਰ ਦੇ ਵਿੱਚ ਧਰਨਾ ਲਾ ਕੇ ਬੈਠੇ ਹਾਂ ਵੀ ਜਿਹੜਾ ਮੁਆਵਜ਼ਾ ਵਾ ਉਹ ਸਾਨੂੰ ਤੁਰੰਤ ਦਿੱਤਾ ਜਾਵੇ, ਉਹਦੇ ਵਾਸਤੇ ਅਸੀਂ ਧਰਨਾ ਲਾ ਕੇ ਬੈਠੇ। ਦੇਖੋ ਜੀ, ਜੇ ਇਹ ਮੰਗਾਂ ਵੱਲ ਨਹੀਂ ਧਿਆਨ ਦਿੰਦੇ ਤਾਂ ਅਗਲੀ ਅਸੀਂ ਮੀਟਿੰਗ ਕਰਕੇ ਤੁਰੰਤ ਜਿਹੜਾ ਐਕਸ਼ਨ ਆ ਉਹ ਤਕੜਾ ਲਵਾਂਗੇ। ਹਾਂ, ਜਿਹੜੀ ਇਹ ਗੱਲ ਆਉਂਦੀ ਆ ਵੀ ਅਸੀਂ ਗਰਦੌਰੀਆਂ ਵਾਲਿਆਂ ਨੂੰ ਮੁਆਵਜ਼ਾ ਨਹੀਂ ਦੇਣਾ, ਜਿਨ੍ਹਾਂ ਦੀਆਂ ਮਾਲਕੀਆਂ ਵਾ ਉਹਨਾਂ ਨੂੰ ਮੁਆਵਜ਼ਾ ਮਿਲਣਾ ਵਾ, 7 ਅਤੇ 9 ਵਾਲੀ ਮਾਲਕੀ ਸਾਡੀ ਇਹਨਾਂ ਤੋੜਤੀ ਆ, 77 ਵਾਲੀ ਜਿਹੜੀ ਮਾਲਕੀ ਉਹਦੇ ਨੋਟਸ ਆ ਰਹੇ ਆ। ਔਰ ਜੇ ਸਾਨੂੰ SDM ਸਾਹਿਬ ਇੱਥੇ ਆਣ ਕੇ ਬੋਲਦਾ ਵੀ ਸਾਨੂੰ ਪਿੱਛੋਂ ਹਦਾਇਤ ਆ ਵੀ ਸਿਰਫ ਮਾਲਕੀਆਂ ਵਾਲਿਆਂ ਨੂੰ ਖਰਾਬਾ ਦੇਣਾ ਵਾ ਗਰਦੌਰੀਆਂ ਵਾਲਿਆਂ ਨੂੰ ਨਹੀਂ, ਤਾਂ ਫਿਰ ਭਗਵੰਤ ਮਾਨ ਸਰਕਾਰ ਅਤੇ ਇਹਦਾ ਜਿੰਨਾ ਐਮਾ ਫੈਲਾ ਵਾ ਜਦੋਂ ਪਿੰਡਾਂ 'ਚ ਵੋਟਾਂ ਲੈਣ ਆਉਣਾ ਵਾ ਇਹ ਸੋਚ ਕੇ ਆਉਣ, ਫਿਰ ਗਾੜੀ ਗਾੜੀ ਇਹ ਆਉਣਗੇ ਤਾਂ ਮਗਰ ਮਗਰ ਅਸੀਂ ਹੋਵਾਂਗੇ। ਉਹ ਅੱਗੇ ਵਾਲਾ ਸਮਾਂ ਲੰਘ ਗਿਆ ਵੀ ਤਲਵੰਡੀ ਕੋਈ ਝੂਠ ਮਾਰਿਆ, ਸੁਲਤਾਨਪੁਰ ਕੋਈ ਮਾਰ ਲਿਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਹਰੇਕ ਬੰਦਾ ਜਾਗਰੂਕ ਆ, ਉਹਨੂੰ ਪਤਾ ਵੀ ਇਹ ਕੀ ਕਰਦੇ ਆ, ਇਹ ਸਾਰੇ ਇੱਕੇ ਹੀ ਚੱਟੇ ਵੱਟੇ ਆ, ਇਹਨਾਂ ਦੇ ਵਿੱਚ ਸਿਰਫ ਚਿਹਰੇ ਬਦਲਦੇ ਆ, ਨੀਤਾਂ ਇਹਨਾਂ ਦੀਆਂ ਉਹ ਆ। ਪਰ ਅਸੀਂ ਵੀ ਯਾਰ ਕੀ ਜਿਹੜਾ ਧਈਆ ਕਰ ਲਿਆ ਵੀ ਪਿੰਡਾਂ 'ਚ ਅਸੀਂ ਵੀ ਨਹੀਂ ਵੜਨ ਦੇਣਾ, ਇਹ ਭਗਵੰਤ ਮਾਨ ਸਰਕਾਰ, ਉਹਦੇ MLA ਅਤੇ ਉਹਦੇ ਮੰਤਰੀ ਸੰਤਰੀ ਅਤੇ ਪਿੰਡਾਂ ਵਾਲੇ ਵੀ ਸੋਚ ਲੈਣ ਵੀ ਭਾਈ ਜੇ ਕੱਲ੍ਹ ਨੂੰ ਆਉਂਦੇ ਆ ਸਾਡੀਆਂ ਫਸਲਾਂ ਦਾ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਅਤੇ ਅਸੀਂ ਤਾਂ ਅੱਗੇ ਢੱਠੀ ਦੇ ਕੰਢੇ 'ਤੇ ਬੈਠੇ ਹਾਂ, ਫਿਰ ਗਾੜੀ ਗਾੜੀ ਇਹ ਹੋਣਗੇ ਅਤੇ ਮਗਰ ਮਗਰ ਅਸੀਂ ਹੋਵਾਂਗੇ ਨਾ।